देखो जग दे रौनक मेले देखो जग दे रौनक मेले कुछ खेडन आंदे कुछ खेड के जांदे भंगड़े खुशियां दे ओ पांदे ਗਾਲ ਓਮ ਸ਼ਾਂਤੀ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵਿਹੜੇ ਵਿੱਚ ਦੋਸਤੋ ਅਸੀਂ ਗੱਲ ਕਰ ਰਹੇ ਸੀ ਕਿ ਪਰਮਾਤਮਾ ਨਾਲ ਜੁੜਨ ਦਾ ਤਰੀਕਾ ਕੀ ਹੈ ਅਸੀਂ ਆਪਣੀ ਪਿਛਲੇ ਐਪੀਸੋਡ ਵਿੱਚ ਪਰਮਾਤਮਾ ਬਾਰੇ ਜਾਣਿਆ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਬਾਰੇ ਜਾਣਿਆ ਅਤੇ ਕਿਵੇਂ ਸਾਡੇ ਧਾਰਮਿਕ ਆਗੂਆਂ ਨੇ ਉਸ ਅਕਾਲ ਪੁਰਖ ਦਾ ਉਪਦੇਸ਼ ਦਿੱਤਾ ਹੈ ਸਾਨੂੰ ਅੱਜ ਉਸ ਪਰਮਾਤਮਾ ਨਾਲ ਜੁੜਨ ਦਾ ਤਰੀਕਾ ਦੱਸਣਗੇ ਸਾਡੇ ਬ੍ਰਹਮਾ ਕੁਮਾਰੀ ਅਨੀਤਾ ਭੈਣ ਜੀ ਭੈਣ ਜੀ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਓਮ ਸ਼ਾਂਤੀ ਓਮ ਸ਼ਾਂਤੀ ਭੈਣ ਜੀ ਭੈਣ ਜੀ ਤੁਸੀਂ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਪਰਮਾਤਮਾ ਦਾ ਸਾਨੂੰ ਉਪਦੇਸ਼ ਦਿੱਤਾ ਉਸਦੀ ਅਸਲ ਪਹਿਚਾਣ ਬਾਰੇ ਸਾਨੂੰ ਜਾਣੂ ਕਰਵਾਇਆ ਭੈਣ ਜੀ ਹੁਣ ਉਸ ਨਾਲ ਜੁੜਨ ਦਾ ਤਰੀਕਾ ਉਸ ਇੱਕ ਅਕਾਲ ਪੁਰਖ ਜਿਹੜੀ ਸੱਚੇ ਪਾਤਸ਼ਾਹ ਉਸ ਨਾਲ ਜੁੜਨ ਦਾ ਤਰੀਕਾ ਕੀ ਹੈ ਕਿਵੇਂ ਅਸੀਂ ਉਸਨੂੰ ਇਸ ਆਪਣੇ ਸਰੀਰ ਦੇ ਨਾਲ ਉਸਦੀ ਉਸਨੂੰ ਅੱਛੇ ਉਸਨੂੰ ਇੱਕ ਚੰਗੇ ਤਰੀਕੇ ਨਾਲ ਕਿਵੇਂ ਯਾਦ ਕਰ ਸਕਦੇ ਹਾਂ ਪਰਮਾਤਮਾ ਨੂੰ ਯਾਦ ਉਸੇ ਤਰ੍ਹਾਂ ਕਰਨਾ ਹੈ ਜਿਸ ਤਰ੍ਹਾਂ ਕੋਈ ਵੀ ਬੱਚਾ ਆਪਣੇ ਪਿਤਾ ਨੂੰ ਯਾਦ ਕਰਦਾ ਹੈ ਅਤੇ ਉਹਦੇ ਵਾਸਤੇ ਕੋਈ ਫਾਰਮੈਲਿਟੀ ਦੀ ਲੋੜ ਨਹੀਂ ਪੈਂਦੀ ਬੜੇ ਨੋਰਮਲ ਤਰੀਕੇ ਨਾਲ ਯਾਦ ਕਰ ਲੈਂਦਾ ਹੈ ਕਿਉਂਕਿ ਯਾਦ ਕਰਨਾ ਮਨੁੱਖ ਦਾ ਸੁਭਾਅ ਹੈ ਸਿਰਫ ਅਸੀਂ ਆਪਣੇ ਉਸ ਸੁਭਾਅ ਨੂੰ ਪਛਾਣ ਕੇ ਉਹੀ ਤਰੀਕਾ ਰੱਬ ਨਾਲ ਯੂਜ਼ ਕਰਨਾ ਹੈ ਜਿਹੜੇ ਤਰੀਕੇ ਨਾਲ ਆਪਾਂ ਮਨੁੱਖਾਂ ਨੂੰ ਆਪਸ 'ਚ ਯਾਦ ਕਰਦੇ ਹਾਂ ਕੋਈ ਫਾਰਮੈਲਿਟੀ ਕੀਤੇ ਬਿਨਾਂ ਵੀ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਉਹਨਾਂ ਦੀ ਯਾਦ ਆ ਰਹੀ ਹੈ ਕਈ ਵਾਰੀ ਉਹਨਾਂ ਦੀ ਯਾਦ ਸਾਨੂੰ ਸਤਾ ਵੀ ਰਹੀ ਹੁੰਦੀ ਹੈ ਅਤੇ ਨੈਚੁਰਲ ਤਰੀਕਾ ਜਿਹੜਾ ਆਪਾਂ ਮਨੁੱਖਾਂ ਨੂੰ ਯਾਦ ਕਰਨ ਵਾਸਤੇ ਯੂਜ਼ ਕਰਦੇ ਹਾਂ ਉਹੀ ਤਰੀਕਾ ਸਾਨੂੰ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਯੂਜ਼ ਕਰਨਾ ਚਾਹੀਦਾ ਹੈ ਪਰ ਦੀਦੀ ਮਨੁੱਖਾਂ ਨੂੰ ਤਾਂ ਅਸੀਂ ਦੇਖਦੇ ਹਾਂ ਅਸੀਂ ਉਹਨਾਂ ਨੂੰ ਜਾਣਦੇ ਹਾਂ ਇਸ ਕਰਕੇ ਉਹਨਾਂ ਨੂੰ ਯਾਦ ਕਰਨਾ ਸੌਖਾ ਹੁੰਦਾ ਹੈ ਪਰਮਾਤਮ ਸ਼ਕਤੀ ਨੂੰ ਅਸੀਂ ਕਦੀ ਅਨੁਭਵ ਨਹੀਂ ਕੀਤਾ ਵੇਖਿਆ ਵੀ ਨਹੀਂ ਹੈ ਫਿਰ ਉਸਨੂੰ ਅਸੀਂ ਕਿਵੇਂ ਯਾਦ ਕਰ ਸਕਦੇ ਹਾਂ ਕਈ ਵਾਰੀ ਇੱਦਾਂ ਵੀ ਹੁੰਦਾ ਹੈ ਸਾਡਾ ਮਨ ਇੰਨਾ ਕ੍ਰੀਏਟਿਵ ਹੈਗਾ ਇੰਨਾ ਮਨ ਦੇ ਅੰਦਰ ਤਾਕਤ ਹੈਗੀ ਹੈ ਵਿਜ਼ੂਅਲਾਈਜੇਸ਼ਨ ਦੀ ਜਿਹੜੀਆਂ ਚੀਜ਼ਾਂ ਨੂੰ ਆਪਾਂ ਦੇਖਿਆ ਨਹੀਂ ਹੁੰਦਾ ਉਹਨਾਂ ਨੂੰ ਵੀ ਅਸੀਂ ਜ਼ਿਆਦਾ ਯਾਦ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਆਪਣਾ ਫਿਊਚਰ ਨਹੀਂ ਦੇਖਿਆ ਪਰ ਆਪਣੇ ਫਿਊਚਰ ਨੂੰ ਯਾਦ ਕਰਦੇ ਹੋ ਸਾਰੇ ਬੱਚੇ ਯਾਦ ਕਰਦੇ ਆ ਵੱਡਾ ਹੋ ਕੇ ਇਹ ਬਣਾਂਗਾ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਵੱਡਾ ਹੋ ਕੇ ਮੇਰੀ ਸ਼ਕਲ ਕਿੱਦਾਂ ਦੀ ਹੋ ਜਾਣੀ ਹੈ ਤਾਂ ਵੀ ਬੱਚੇ ਉਹਨੂੰ ਇਮੈਜਿਨ ਕਰ ਲੈਂਦੇ ਨੇ ਕਈ ਵਾਰੀ ਇੱਦਾਂ ਦੀ ਵੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਸਮਝੋ ਤੁਸੀਂ ਮੁੰਬਈ ਜਾਣਾ ਹੋਵੇ ਅਤੇ ਪਹਿਲੇ ਕਦੇ ਤੁਸੀਂ ਦੇਖਿਆ ਨਾ ਹੋਵੇ ਮੁੰਬਈ ਨੂੰ ਅਤੇ ਤੁਸੀਂ ਪਹਿਲਾਂ ਹੀ ਸੋਚਣ ਲੱਗ ਜਾਓਗੇ ਕਿ ਇੱਦਾਂ ਦਾ ਹੋਵੇਗਾ ਇੱਦਾਂ ਦਾ ਹੋਵੇਗਾ ਮੈਂ ਜਾ ਕੇ ਫਿਰ ਇਸ ਤਰ੍ਹਾਂ ਕਰਾਂਗਾ ਸਮੁੰਦਰ ਹੋਏਗਾ ਪਾਣੀ ਹੋਏਗਾ ਉੱਥੇ ਆਪਾਂ ਖੇਡਾਂਗੇ ਰੇਤ 'ਤੇ ਜਾਵਾਂਗੇ ਫਿਰ ਬੋਟਿੰਗ ਕਰਾਂਗੇ ਉਹ ਪਹਿਲਾਂ ਤੋਂ ਅਸੀਂ ਉਹਦਾ ਸੀਨ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਮਨ ਵਿੱਚ ਇਸ ਤਰ੍ਹਾਂ ਦੀ ਚਿੱਤਰ ਬਣਾਉਣ ਦੀ ਫੋਟੋ ਖਿੱਚਣ ਦੀ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਆਪਾਂ ਪਰਮਾਤਮਾ ਵੱਲ ਵੀ ਯੂਜ਼ ਕਰ ਸਕਦੇ ਹਾਂ ਅਤੇ ਦੀਦੀ ਫਿਰ ਵੀ ਮੈਂ ਉਹ ਕਹਾਂਗਾ ਕਿ ਕਲਪਨਾ ਨਾਲ ਉਸ ਪਰਮਾਤਮਾ ਨੂੰ ਜੇ ਯਾਦ ਵੀ ਕਰ ਲਈਏ ਤਾਂ ਕੀ ਸਾਨੂੰ ਉਹ ਸ਼ਕਤੀ ਮਿਲੇਗੀ ਉਹ ਅਹਿਸਾਸ ਸਾਨੂੰ ਹੋਏਗਾ ਉਸ ਪਰਮ ਸ਼ਾਂਤੀ ਦਾ ਅਨੁਭਵ ਅਸੀਂ ਕਰ ਸਕਦੇ ਹਾਂ ਆਪਣੀ ਕਲਪਨਾ ਦੇ ਨਾਲ ਹੀ ਇਹਨੂੰ ਕਲਪਨਾ ਕਹਿਣ ਦੇ ਬਜਾਏ ਜੇ ਤੁਸੀਂ ਵਿਜ਼ੂਅਲਾਈਜੇਸ਼ਨ ਅਤੇ ਰੀਅਲਾਈਜੇਸ਼ਨ ਕਹੋ ਤਾਂ ਸ਼ਬਦ ਠੀਕ ਹੋਏਗਾ ਕਿਉਂਕਿ ਕਲਪਨਾ ਉਹਨੂੰ ਕਿਹਾ ਜਾਂਦਾ ਹੈ ਜਿਹੜੀ ਚੀਜ਼ ਹੈ ਨਹੀਂ ਪਰ ਰੱਬ ਤਾਂ ਹੈਗਾ ਵੇ ਜੇ ਇਹਨਾਂ ਅੱਖਾਂ ਨਾਲ ਆਪਾਂ ਨਹੀਂ ਵੀ ਦੇਖਿਆ ਰੱਬ ਨੂੰ ਤਾਂ ਵੀ ਪਰਮਾਤਮਾ ਨੂੰ ਆਤਮਾ ਨੇ ਸਦਾ ਤੋਂ ਦੇਖਿਆ ਸੀ ਜਿਹੜੀ ਉਹਦੀ ਔਲਾਦ ਹੈ ਸਿਰਫ ਜੇ ਉਹ ਪਰਮਾਤਮਾ ਦੀ ਠੀਕ ਪਹਿਚਾਣ ਦੇ ਨਾਲ ਅਸੀਂ ਉਹਨੂੰ ਯਾਦ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਆਤਮਾ ਉਹਨੂੰ ਰਿਅਲਾਈਜ਼ ਕਰਨਾ ਸ਼ੁਰੂ ਕਰ ਦਿੰਦੀ ਹੈ ਦੀ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਮਨ 'ਚ ਤਸਵੀਰ ਬਣਾ ਲੈਂਦੇ ਹਾਂ ਜੇ ਵੀ ਅਸੀਂ ਕਿਤੇ ਜਾਣਾ ਹੋਵੇ ਪਰ ਦੀਦੀ ਜਿੰਨਾ ਵੀ ਗੱਲਾਂ ਦੀ ਅਸੀਂ ਤਸਵੀਰ ਬਣਾਉਂਦੇ ਹਾਂ ਜਿੰਨਾ ਰਾਹੀਂ ਬਣਾਉਂਦੇ ਹਾਂ ਉਹ ਚੀਜ਼ਾਂ ਅਸੀਂ ਦੇਖੀਆਂ ਹੁੰਦੀਆਂ ਨੇ ਜਿੱਦਾਂ ਅਸੀਂ ਸਮੁੰਦਰ ਦੇਖਿਆ ਹੁੰਦਾ ਹੈ ਅਸੀਂ ਉੱਚੀਆਂ ਉੱਚੀਆਂ ਇਮਾਰਤਾਂ ਦੇਖੀਆਂ ਹੁੰਦੀਆਂ ਨੇ ਤਾਂ ਅਸੀਂ ਉਹਨਾਂ ਨੂੰ ਵਿਜ਼ੂਅਲਾਈਜ਼ ਕਰ ਲੈਂਦੇ ਹਾਂ ਪਰ ਪਰਮਾਤਮ ਸ਼ਕਤੀ ਦਾ ਤਾਂ ਅਜੇ ਤੱਕ ਅਸੀਂ ਕਦੀ ਅਹਿਸਾਸ ਨਹੀਂ ਕੀਤਾ ਉਸ ਨੂੰ ਕਿਵੇਂ ਅਸੀਂ ਵਿਜ਼ੂਅਲਾਈਜ਼ ਕਰ ਸਕਦੇ ਹਾਂ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀ ਤੁਸੀਂ ਨਹੀਂ ਦੇਖੀਆਂ ਪਰ ਕਿਸੇ ਹੋਰ ਨੇ ਦੇਖੀਆਂ ਨੇ ਉਹ ਤੁਹਾਨੂੰ ਦੱਸ ਰਹੇ ਨੇ
ਤੇ ਤੁਸੀਂ ਉਹਦਾ ਵੀ ਸੀਨ ਬਣਾ ਲੈਂਦੇ ਹੋ। ਅੱਛਾ ਦੀਦੀ, ਕਿਹੜਾ ਨਾਂ ਜਪਣਾ ਚਾਹੀਦਾ ਧਿਆਨ ਲਾਉਣ ਵਾਸਤੇ? ਜਦੋਂ ਆਪਾਂ ਧਿਆਨ ਕਹਿੰਦੇ ਹਾਂ ਤੇ ਉਹਦੇ ਵਾਸਤੇ ਸਾਨੂੰ ਜਪਣ ਦੀ ਇੰਨੀ ਕੋਈ ਗੱਲ ਨਹੀਂ ਹੈਗੀ ਹੈ। ਜਪਣਾ ਜਾਂ ਰੈਪੀਟੀਸ਼ਨ ਕਰਨਾ, ਕੋਈ ਸ਼ਬਦਾਂ ਨੂੰ ਦੁਹਰਾਉਂਦੇ ਰਹਿਣਾ, ਇਹਦੇ ਬਜਾਏ ਮਨ ਦੇ ਨੈਚੁਰਲ ਥੋਟਸ ਨੂੰ ਆਪਾਂ ਕੰਟਰੋਲ ਕਰੀਦਾ। ਇਹਨੂੰ ਆਪਾਂ ਹਿੰਦੀ ਵਿੱਚ ਕਹਿੰਦੇ ਹਾਂ ਯੋਗ, ਇੰਗਲਿਸ਼ ਵਿੱਚ ਇਹਨੂੰ ਕਿਹਾ ਜਾਂਦਾ ਹੈ ਮੈਡੀਟੇਸ਼ਨ, ਯਾਨੀ ਮਨ ਦਾ ਜੋੜ ਪਰਮਾਤਮਾ ਨਾਲ। ਇਹਨੂੰ ਆਪਾਂ ਸਿੰਪਲੀਫਾਈ ਕਰਦੇ ਹੋਏ ਇੱਦਾਂ ਕਹਿ ਸਕਦੇ ਹਾਂ, ਅ ਲਵ ਫੁੱਲ ਰਿਲੇਸ਼ਨ ਵਿਦ ਦਾ ਸੁਪਰੀਮ, ਪਰਮਾਤਮਾ ਨੂੰ ਆਪਣਾ ਪਿਤਾ ਜਾਣਦੇ ਹੋਏ, ਉਹਦੇ ਨਾਲ ਪਿਆਰ ਜੋੜਦੇ ਹੋਏ, ਉਹਨਾਂ ਦੇ ਨਾਲ ਆਪਾਂ ਦਿਲ ਦਾ ਰਿਸ਼ਤਾ ਜੋੜਦੇ ਹਾਂ। ਜਿਹਦੇ ਨਾਲ ਰਿਸ਼ਤਾ ਹੁੰਦਾ ਹੈ ਉਹਦੇ ਵਾਸਤੇ ਕੋਈ ਨਾ ਜਪਣਾ ਜਾਂ ਕੋਈ ਗੱਲਾਂ ਦੁਹਰਾਉਂਦੇ ਰਹਿਣਾ, ਇਹੋ ਜਿਹੀ ਗੱਲ ਦੀ ਉਨੀ ਕੋਈ ਲੋੜ ਨਹੀਂ ਪੈਂਦੀ। ਅਸੀਂ ਕਿੱਦਾਂ ਯਾਦ ਕਰੀਏ ਪਰਮਾਤਮਾ ਨੂੰ? ਕੀ ਰਾਹ ਹੈ ਪਰਮਾਤਮਾ ਨੂੰ ਯਾਦ ਕਰਨ ਦਾ? ਕਿਹੜੀਆਂ ਗੱਲਾਂ ਨੂੰ ਦੁਹਰਾਉਣਾ ਚਾਹੀਦਾ ਹੈ? ਕੀ ਅਸੀਂ ਇਹਨੂੰ ਕਹੀਏ ਕਿ ਉਹ ਸਾਡੀ ਆਵਾਜ਼ ਨੂੰ ਸੁਣੇ? ਰੱਬ ਨੂੰ ਆਵਾਜ਼ ਸੁਣਾਉਣ ਵਾਸਤੇ ਸਾਡੇ ਮੂੰਹ ਦੀ ਆਵਾਜ਼ ਮਾਈਕ ਲਾ ਕੇ ਬੋਲਣ ਦੀ ਕੋਈ ਲੋੜ ਨਹੀਂ ਹੁੰਦੀ, ਉਹ ਸਾਡੇ ਦਿਲ ਦੀ ਆਵਾਜ਼ ਸੁਣਦਾ ਹੈ। ਦਿਲ ਨੂੰ ਦਿਲ ਨਾਲ ਰਾਹ ਤਾਂ ਦੁਨੀਆਂ 'ਚ ਵੀ ਹੁੰਦੀ ਹੈ ਅਤੇ ਰੱਬ ਨਾਲ ਤਾਂ ਜ਼ਰੂਰ ਹੋਵੇਗੀ। ਉਹਦਾ ਕੁਛ ਟੈਕਨੀਕ ਹੈਗਾ ਹੈ, ਕੁਛ ਉਹਦੇ ਬੇਸਿਸ ਹੁੰਦੇ ਹੈ ਜਿਹਨੂੰ ਸਮਝਣ ਦੀ ਲੋੜ ਪੈਂਦੀ ਹੈ। ਇਹ ਟੈਕਨੀਕ ਆਪਾਂ ਥੋੜ੍ਹੀ ਜਿਹੀ ਗੱਲਾਂ ਬਾਤਾਂ ਨਾਲ ਸਮਝ ਸਕਦੇ ਹਾਂ। ਪਹਿਲੇ ਮੈਂ ਤੁਹਾਨੂੰ ਇੱਕ ਸਿੰਪਲ ਗੱਲ ਦੱਸਦੀ ਹਾਂ ਕਿ ਰੱਬ ਨੂੰ ਯਾਦ ਕਰਨ ਵਾਸਤੇ ਜ਼ਬਾਨ ਤੋਂ ਜ਼ਿਆਦਾ ਸਾਡੇ ਮਨ ਦੇ ਵਿਚਾਰਾਂ ਦੀ ਲੋੜ ਪੈਂਦੀ ਹੈ ਅਤੇ ਮਨ ਦੇ ਵਿਚਾਰਾਂ ਨੂੰ ਅਸੀਂ ਸਿੰਪਲੀਫਾਈ ਕਰਕੇ ਇੱਕ ਗੱਲ ਇਹ ਸਮਝਾ ਦੇਣੀ ਹੈ ਕਿ ਪਰਮਾਤਮਾ ਤੇਰਾ ਰਿਸ਼ਤੇਦਾਰ ਹੈ ਅਤੇ ਰਿਸ਼ਤੇਦਾਰ ਨੂੰ ਤੂੰ ਰਿਸ਼ਤੇਦਾਰ ਮੰਨ ਕੇ ਉੱਦਾਂ ਹੀ ਯਾਦ ਕਰ ਜਿੱਦਾਂ ਰਿਸ਼ਤੇਦਾਰਾਂ ਨੂੰ ਯਾਦ ਕੀਤਾ ਜਾਂਦਾ ਸੀ। ਦੇਖੋ, ਬੱਚਾ ਛੋਟਾ ਜਿਹਾ ਹੁੰਦਾ, ਨਿੱਕਾ ਜਿਹਾ ਹੁੰਦਾ ਹੈ ਅਤੇ ਉਹਨੂੰ ਹੋਰ ਕੁਝ ਆਉਂਦਾ ਹੋਵੇ ਨਾ ਹੋਵੇ, ਉਹਨੂੰ ਯਾਦ ਕਰਨਾ ਆਉਂਦਾ ਹੁੰਦਾ ਹੈ। ਅਤੇ ਜਿਹੜਾ ਆਪਣਾ ਇਹ ਮਨ ਦਾ ਸੁਭਾਵ ਹੈ ਯਾਦ ਕਰਨਾ, ਉਸੇ ਨੂੰ ਆਪਾਂ ਸ਼ਿਫਟ ਕਰਨਾ ਹੈ ਸਿਰਫ ਪਰਮਾਤਮਾ ਵੱਲ। ਕੁੱਲ ਮਿਲਾ ਕੇ ਜਿਹੜੀ ਆਪਾਂ ਮੈਡੀਟੇਸ਼ਨ ਦੀ ਗੱਲ ਕਰਾਂਗੇ, ਉਹ ਇੱਕ ਨੈਚੁਰਲ ਤਰੀਕੇ ਦੀ ਜਿਹੜੀ ਸਾਈ ਮਨ ਦੀ ਟੈਂਡੈਂਸੀ ਹੈ ਉਹਦੇ ਹਿਸਾਬ ਨਾਲ ਗੱਲ ਕਰਾਂਗੇ, ਤਾਂ ਹੀ ਸਾਡੀ ਉਹ ਸ਼ਿਕਾਇਤ ਦੂਰ ਹੋ ਸਕੇਗੀ ਕਿ ਜਦੋਂ ਵੀ ਅਸੀਂ ਰੱਬ ਨੂੰ ਯਾਦ ਕਰਨਾ ਚਾਹੁੰਦੇ ਹਾਂ ਸਾਡਾ ਮਨ ਭਟਕਦਾ ਰਹਿੰਦਾ ਹੈ। ਬਹੁਤ ਲੋਕ ਸਾਡੇ ਕੋਲ ਆਉਂਦੇ ਨੇ ਇਹ ਸ਼ਿਕਾਇਤ ਲੈ ਕੇ, ਦੀਦੀ ਆਪਾਂ ਧਿਆਨ ਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਮਨ ਭਟਕਦਾ ਰਹਿੰਦਾ, ਮਨ ਭਟਕਦਾ ਰਹਿੰਦਾ, ਵਿਚਾਰ ਇਧਰ ਉਧਰ ਚੱਲਦੇ ਰਹਿੰਦੇ ਹਨ, ਕੋਈ ਬੈਠਦੇ ਆ ਰੱਬ ਦਾ ਨਾਂ ਲੈਣੇ ਹਾਂ ਤੇ ਉਹ ਕਦੇ ਇਧਰ ਦੀ ਗੱਲ ਕਦੇ ਉਧਰ ਦੀ ਗੱਲ ਆਉਂਦੀ ਰਹੇਗੀ। ਤੇ ਜ਼ਰੂਰੀ ਗੱਲ ਹੈ ਅਸੀਂ ਕਿਤੇ ਨਾ ਕਿਤੇ ਗਲਤੀ ਕਰ ਰਹੇ ਹਾਂ, ਤਾਂ ਹੀ ਸਾਡਾ ਮਨ ਜਿਹੜਾ ਹੈ ਇੱਧਰ ਉੱਧਰ ਭਟਕਦਾ। ਸਮਝੋ, ਤੁਸੀਂ ਰੱਬ ਨੂੰ ਯਾਦ ਕਰਨ ਵਾਸਤੇ ਬੈਠੇ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਦੇ ਹੋ? ਸਭ ਤੋਂ ਪਹਿਲਾਂ ਅਸੀਂ ਇਕਾਗਰ ਹੋਣਾ ਹੀ ਕੋਸ਼ਿਸ਼ ਕਰੀਦੀ ਹੈ। ਇਕਾਗਰ ਹੋਣ ਦੀ ਕੋਸ਼ਿਸ਼ ਵਾਸਤੇ ਵੀ ਤੁਸੀਂ ਨੋਰਮਲੀ ਕੀ ਕਰਦੇ ਹੋਣੇ? ਕੁਝ ਨਾ ਕੁਝ ਜਪਦੇ ਹੋਣੇ, ਕੋਈ ਚੰਗਾ ਸ਼ਬਦ ਲੈ ਕੇ ਉਹਨੂੰ ਜਪਣਾ ਸ਼ੁਰੂ ਕਰ ਦਿੰਦੇ, ਜਿਸ ਤਰ੍ਹਾਂ ਕੋਈ ਮਾਲਾ ਫੜ ਲੈਂਦਾ, ਮਾਲਾ ਫੜ ਕੇ ਤੇ ਰਾਮ 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 ਜਪਦੇ ਹੈ, ਕੋਈ ਵਾਹਿਗੁਰੂ 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 ਜਪਦੇ ਹੈ, ਕੋਈ ਹੋਰ ਚੰਗੇ ਸ਼ਬਦ ਹੁੰਦੇ ਹੈ ਜਿਹਦੇ 'ਚ ਰੱਬ ਦੀ ਮਹਿਮਾ ਹੁੰਦੀ ਹੈ, ਉਹਨਾਂ ਨੂੰ ਰਿਪੀਟ ਕਰਦੇ ਹੈ। ਅਤੇ ਜ਼ਿਆਦਾਤਰ ਲੋਕ ਸਾਡੇ ਕੋਲ ਆ ਕੇ ਕਹਿੰਦੇ ਹੈ ਕਿ ਅਸੀਂ ਮਾਲਾ ਫੇਰਦੇ ਰਹੀਦਾ, ਰਾਮ ਰਾਮ ਮੂੰਹੋਂ ਬੋਲਦੇ ਰਹੀਦਾ, ਤਾਂ ਵੀ ਮਨ ਕਿਤੇ ਨਾ ਕਿਤੇ ਪਰੇਸ਼ਾਨੀਆਂ 'ਚ ਘੁੰਮਦਾ ਰਹਿੰਦਾ। ਕਿਸੇ ਦਾ ਮਨ ਸੋਚਦਾ ਰਾਮ ਰਾਮ ਬੋਲਦੇ ਭੁੱਖ ਲੱਗੀ ਹੈ, ਬਸ ਹੁਣ ਥੋੜ੍ਹੀ ਦੇਰ ਬਾਅਦ ਰੋਟੀ ਖਾਣੀ ਹੈ, ਰਾਮ 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 ਕਰਦੇ, ਉਹ ਫਲਾਣਾ ਆਇਆ ਨਹੀਂ, ਪੈਸੇ ਦੇ ਕੇ ਜਾਣੇ ਸੀ ਉਹਨੇ, ਰਾਮ 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 ਰਾਮ, ਮਾਲਾ ਵੀ ਘੁੰਮ ਰਹੀ ਹੈ ਅਤੇ ਮਨ ਵੀ ਚਾਰੋਂ ਪਾਸੇ ਘੁੰਮਦਾ ਜਾ ਰਿਹਾ। ਹਾਂਜੀ, ਕਿਉਂਕਿ ਇਹ ਜਿਹੜਾ ਆਪਾਂ ਰੈਸੀਟੇਸ਼ਨ ਕਰ ਰਹੇ ਹਾਂ ਇਹ ਹਿਊਮਨ ਸਾਈਕੋਲੋਜੀ ਨਾਲ ਮੈਚ ਨਹੀਂ ਕਰਦਾ। ਹਿਊਮਨ ਸਾਈਕੋਲੋਜੀ ਕੀ ਕਹਿੰਦੀ ਹੈ ਕਿ ਸਾਡਾ ਮਨ ਜਿਹੜਾ ਹੈ ਉਹ ਜਦੋਂ ਵਿਚਾਰ ਪੈਦਾ ਕਰਦਾ ਹੈ ਉਹਦੇ ਵਿਚਾਰ ਪੈਦਾ ਕਰਨ 'ਚ ਇੱਕ ਫਲੋ ਹੁੰਦਾ ਹੈ, ਇੱਕ ਤੋਂ ਦੂਜਾ ਤੀਜਾ ਚੌਥਾ ਇੱਦਾਂ ਦੇ ਵਿਚਾਰ ਪੈਦਾ ਹੁੰਦੇ ਨੇ। ਮਨ ਸ਼ਟਲ ਟਾਈਪ ਨਹੀਂ ਚੱਲਦਾ। ਸ਼ਟਲ ਟਾਈਪ ਚੱਲਣ ਦਾ ਮਤਲਬ ਹੈ ਕਿ ਸੇਮ ਗੱਲ ਬਾਰ ਬਾਰ ਰਿਪੀਟ ਕਰਦਾ ਰਹੇ, ਇਸ ਤਰ੍ਹਾਂ ਨਹੀਂ ਹੁੰਦਾ। ਜਿਸ ਤਰ੍ਹਾਂ ਸਮਝੋ ਤੁਸੀਂ ਦਫ਼ਤਰ ਜਾਣਾ ਹੋਵੇ, ਤੁਸੀਂ 10 ਮਿੰਟ ਪਹਿਲਾਂ ਸੋਚਣ ਲੱਗੇ ਦਫ਼ਤਰ ਜਾਣਾ, ਤੇ ਇਹੀ ਤੇ ਨਹੀਂ ਮਨੋ ਬੋਲਦੇ ਰਹੋਗੇ ਦਫ਼ਤਰ ਜਾਣਾ 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 ਜਾਣਾ, ਨਹੀਂ। ਮਨ ਇੱਕ ਫਲੋ ਹੈ ਕਿ ਇੰਨੇ ਵਜੇ ਜਾਣਾ, ਉੱਠਾਂਗਾ, ਤਿਆਰ ਹੋਵਾਂਗਾ, ਨਾਸ਼ਤਾ ਕਰਾਂਗਾ, ਥੋੜ੍ਹੇ ਛੇਤੀ ਪਹੁੰਚ ਜਾਵਾਂਗਾ, ਲੇਟ ਨਾ ਹੋ ਜਾਵਾਂ, ਲੇਟ ਹੋਣ ਨਾਲ ਸਭ ਡਾਂਟਦੇ ਹੈ, ਇਹ ਹੁੰਦਾ ਹੈ, ਉਹ ਹੁੰਦਾ ਹੈ, ਐਬਸੈਂਟ ਲੱਗ ਜਾਂਦੀ ਹੈ। ਅਤੇ ਮਨ ਕ੍ਰੀਏਟਿਵ ਹੋਣ ਕਰਕੇ ਵਨ ਆਫਟਰ ਦੀ ਅਦਰ ਥੋਟਸ ਇੱਕ ਫਲੋ ਵਕਨ ਪੈਦਾ ਕਰਦਾ ਹੈ, ਜਿਸ ਤਰ੍ਹਾਂ ਪਾਣੀ ਦਾ ਫਲੋ ਹੁੰਦਾ, ਇੱਥੇ ਤੋਂ
ਇੱਥੇ ਤੁਰ ਜਾਂਦਾ ਹੈ, ਇੱਕ ਇਲੈਕਟ੍ਰਿਸਿਟੀ ਦਾ ਕਰੰਟ ਹੁੰਦਾ ਹੈ, ਇਸੇ ਤਰ੍ਹਾਂ ਮਨ ਦੇ ਵਿਚਾਰਾਂ ਦਾ ਇੱਕ ਫਲੋ ਹੁੰਦਾ ਹੈ। ਅਤੇ ਇਸ ਫਲੋ ਨੂੰ ਜੇ ਆਪਾਂ ਕਹਿੰਦੇ ਹਾਂ ਮਨ ਨੂੰ ਕਿ ਤੂੰ ਚੁੱਪ ਕਰ, ਕੁਝ ਨਾ ਬੋਲ, ਬਸ ਰਾਮ 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 ਬੋਲ, ਅਤੇ ਮਨ ਰਿਵੋਲਟ ਕਰਦਾ ਹੈ। ਜਦੋਂ ਵੀ ਇਹਦੀ ਐਨਰਜੀ ਨੂੰ ਰੋਕਣ ਦੀ ਕੋਸ਼ਿਸ਼ ਕਰੋ ਨਾ, ਤਾਂ ਇਹਨੂੰ ਦੂਜੀ ਗੱਲ ਸਮਝ ਆ ਜਾਂਦੀ ਹੈ ਕਿ ਮੈਂ ਰਾਮ ਰਾਮ ਵੀ ਬੋਲਾਂਗਾ, ਹੋਰ ਵੀ ਸਭ ਕੁਝ ਬੋਲਾਂਗਾ, ਹੋਰ ਵੀ ਸਭ ਕੁਝ ਬੋਲਾਂਗਾ। ਇੱਕ ਸ਼ਰਾਰਤੀ ਬੱਚੇ ਵਰਗਾ ਹੈਗਾ ਹੈ ਮਨ। ਜਿਸ ਤਰ੍ਹਾਂ ਇੱਕ ਸ਼ਰਾਰਤੀ ਬੱਚੇ ਦੇ ਅੱਗੇ ਚਾਕੂ ਪਿਆ ਹੋਵੇ, ਉਹ ਚਾਕੂ ਫੜ ਲਵੇ, ਜੇ ਉਹਦੇ ਤੋਂ ਚਾਕੂ ਲੈਣ ਲੱਗੋ ਤਾਂ ਉਹ ਵਾਪਸ ਖਿੱਚੇਗਾ, ਉਹਦਾ ਹੱਥ ਵੱਢਣ ਦਾ ਖਤਰਾ ਹੋਵੇਗਾ। ਅਤੇ ਬੱਚੇ ਕੋਲ ਚਾਕੂ ਜੇ ਤੁਸੀਂ ਲੈਣਾ ਹੈ ਤਾਂ ਉਹਦੇ ਬਦਲੇ ਉਹਨੂੰ ਟੋਫੀ ਦਿਓ, ਬੈਲੂਨ ਦਿਓ, ਕੋਈ ਇਹੋ ਜਿਹੀ ਉਹਦੇ ਪਸੰਦ ਦੀ ਚੀਜ਼ ਉਹਦੇ ਅੱਗੇ ਰੱਖ ਦਿਓ, ਬਸ ਉਹ ਚਾਕੂ ਛੱਡ ਕੇ ਉਹਦੇ ਵੱਲ ਆਪਣੇ ਆਪ ਚਲਾ ਜਾਏਗਾ। ਜੇ ਮਨ ਦੇ ਵਿਚਾਰ ਨੈਗੇਟਿਵ ਸਾਈਡ ਜਾ ਰਹੇ ਹੈ, ਦੁਨੀਆਂ ਦੇ ਪਾਪਾਂ ਵਿੱਚ ਜਾ ਰਹੇ ਹੈ, ਅਤੇ ਉਹਨੂੰ ਬਦਲਣ ਵਾਸਤੇ, ਰੱਬ ਦੇ ਵੱਲ ਲਿਆਉਣ ਵਾਸਤੇ ਇਹ ਕਹਿਣ ਦੀ ਲੋੜ ਨਹੀਂ ਕਿ ਤੂੰ ਦੁਨੀਆਂ ਬਾਰੇ ਨਾ ਸੋਚ, ਚੁੱਪ ਕਰ, ਕੁਝ ਨਾ ਬੋਲ, ਰੱਬ ਦਾ ਧਿਆਨ ਕਰ। ਅਤੇ ਅਗੇਂਸਟ ਹੋਣ ਲੱਗ ਜਾਂਦੀ ਹੈ ਇਹ ਵਾਲੀ ਐਨਰਜੀ। ਜਿਸ ਤਰ੍ਹਾਂ ਇੱਕ ਵਾਰੀ ਕੀ ਹੋਇਆ, ਇੱਕ ਭਾਈ ਇੱਕ ਮਹਾਤਮਾ ਜੀ ਕੋਲ ਗਿਆ ਅਤੇ ਮਹਾਤਮਾ ਜੀ ਨੂੰ ਜਾ ਕੇ ਕਹਿੰਦਾ ਹੈ ਕਿ ਸਵਾਮੀ ਜੀ, ਤੁਹਾਡਾ ਬੜਾ ਨਾਂ ਸੁਣਿਆ ਹੈ, ਤੁਸੀਂ ਆਪਣਾ ਗੁਰੂ ਮੰਤਰ ਦੇ ਕੇ ਮੈਨੂੰ ਚੇਲਾ ਬਣਾ ਲਓ। ਉਹ ਕਹਿੰਦੇ ਠੀਕ ਹੈ, ਠੀਕ ਹੈ, ਲੈ ਮੈਂ ਤੈਨੂੰ ਗੁਰੂ ਮੰਤਰ ਦੇਣਾ ਹਾਂ। ਉਹਨਾਂ ਨੇ ਇੱਕ ਗੁਰੂ ਮੰਤਰ ਦਿੱਤਾ, ਲੈ ਬੇਟਾ ਇਹ ਜ਼ਿਆਦਾ ਤੋਂ ਜ਼ਿਆਦਾ ਤੂੰ ਜਪਣਾ ਹੈ। ਉਹ ਕਹਿੰਦਾ ਕਿ ਸਵਾਮੀ ਜੀ, ਮੇਰੀ ਲਗਨ ਥੋੜ੍ਹੀ ਜ਼ਿਆਦਾ ਹੈ, ਮੈਂ ਬਹੁਤ ਅੱਗੇ ਵਧਣਾ ਚਾਹੁੰਦਾ ਹਾਂ, ਜੇ ਮੰਤਰ ਦੇ ਨਾਲ ਕੋਈ ਪਰਹੇਜ਼ ਪਰਹੂਜ਼ ਹੈਗਾ ਹੈ, ਕੋਈ ਗੱਲਾਂ ਛੱਡਣੀ ਹੈ, ਕੋਈ ਤਿਆਗ ਕਰਨਾ ਹੈ, ਤਾਂ ਉਹ ਵੀ ਦੱਸ ਦਿਓ, ਉਹ ਵੀ ਦੱਸ, ਮੈਂ ਕਰ ਲਵਾਂਗਾ। ਅਤੇ ਸਵਾਮੀ ਜੀ ਕਹਿੰਦੇ ਨਾ, ਕੋਈ ਪਰਹੇਜ਼ ਦੀ ਕੋਈ ਖਾਸ ਲੋੜ ਨਹੀਂ, ਇੱਕ ਗੱਲ ਧਿਆਨ 'ਚ ਰੱਖੀ, ਆ ਮੰਤਰ ਜਦੋਂ ਜਪੀ ਨਾ ਤਾਂ ਬੰਦਰ ਨੂੰ ਯਾਦ ਨਾ ਕਰੀ। ਉਹ ਕਹਿੰਦੇ ਸਵਾਮੀ ਜੀ, ਕਿਹੋ ਜਿਹੀ ਗੱਲ ਹੈ, ਅਜੀਬ ਜੀ, ਬੰਦਰ ਨੂੰ ਮੈਂ ਕਦੇ ਯਾਦ ਵੀ ਨਹੀਂ ਕੀਤਾ ਅਤੇ ਹੁਣ ਵੀ ਨਹੀਂ ਕਰਾਂਗਾ, ਕੋਈ ਥੋੜ੍ਹੀ ਔਖੀ ਜਿਹੀ ਗੱਲ ਦੱਸੋ। ਅਤੇ ਸਵਾਮੀ ਜੀ ਕਹਿੰਦੇ, ਹੋਰ ਔਖੀਆਂ ਗੱਲਾਂ ਦੀ ਕੋਈ ਲੋੜ ਨਹੀਂ, ਪਰ ਇਹ ਗੱਲ ਬੜੀ ਖਤਰਨਾਕ ਹੈ, ਜੇ ਮੰਤਰ ਜਪਦੇ ਤੈਨੂੰ ਬੰਦਰ ਯਾਦ ਆ ਗਿਆ ਨਾ, ਸਾਰਾ ਮੰਤਰ ਖਰਾਬ ਹੋ ਜਾਏਗਾ, ਤੂੰ ਧਿਆਨ ਰੱਖੀ, ਜਾ ਬਾਕੀ ਮੰਤਰ ਜ਼ਿਆਦਾ ਤੋਂ ਜ਼ਿਆਦਾ ਜਪੀ। ਉਹ ਕਹਿੰਦਾ ਠੀਕ ਹੈ, ਚਲਾ ਗਿਆ। 7 ਦਿਨਾਂ ਪਿੱਛੋਂ ਆਇਆ, ਬੜਾ ਦੁਖੀ ਸੀ, ਸਵਾਮੀ ਜੀ ਨੂੰ ਕਹਿ ਰਿਹਾ ਸੀ, ਸਵਾਮੀ ਜੀ ਮੇਰੇ 'ਤੇ ਕਿਰਪਾ ਕਰਕੇ ਆ ਮੰਤਰ ਤੁਹਾਡਾ ਵਾਪਸ ਲੈ ਲਓ, ਮੈਂ ਤੁਹਾਡਾ ਚੇਲਾ ਹੀ ਨਹੀਂ ਬਣਦਾ। ਉਹ ਕਹਿੰਦੇ ਤੈਨੂੰ ਕੀ ਹੋਇਆ, 7 ਦਿਨ ਪਹਿਲਾਂ ਕਹਿੰਦਾ ਸੀ ਬਣਾ ਲਓ ਚੇਲਾ, ਅੱਜ ਕਹਿੰਦਾ ਮੰਤਰ ਵਾਪਸ ਲੈ ਲਓ। ਉਹ ਕਹਿੰਦਾ 7 ਦਿਨਾਂ 'ਚ ਜਿੰਨਾ ਦੁਖੀ ਹੋਇਆ ਕਦੇ ਨਹੀਂ ਸੀ ਹੋਇਆ। ਕਹਿੰਦੇ ਕੀ ਹੋਇਆ, ਕਹਿੰਦਾ ਮੈਂ ਦੇਖੋ 35 ਸਾਲਾਂ ਦਾ ਹੋ ਗਿਆ, ਕਦੇ ਬੰਦਰ ਨੂੰ ਯਾਦ ਨਹੀਂ ਸੀ ਕੀਤਾ, ਅਤੇ ਹੁਣ ਜਦੋਂ ਮੈਂ ਮੰਤਰ ਜਪਣ ਲੱਗਦਾ ਬੰਦਰ ਇੰਨਾ ਯਾਦ ਆਉਂਦਾ ਹੈ, ਅੱਜ 7ਵੇਂ ਦਿਨ 'ਤੇ ਮੇਰੀ ਇਹ ਹਾਲਤ ਹੋ ਗਈ ਹੈ, ਸਾਰਾ ਕੁਝ ਭੁੱਲ ਗਿਆ, ਮੈਨੂੰ ਬੰਦਰ ਹੀ ਬੰਦਰ ਯਾਦ ਆ ਰਿਹਾ ਹੈ। ਕਿਉਂ ਹੋਇਆ ਇੱਦਾਂ? ਉਹਦੇ ਮਨ ਦੇ ਵਿੱਚ ਇਹ ਗੱਲ ਕਿਤੇ ਨਾ ਕਿਤੇ ਬਹਿ ਗਈ ਸੀ ਨਾ ਕਿ ਗੁਰੂ ਜੀ ਨੇ ਕਿਉਂ ਕਿਹਾ ਕਿ ਬੰਦਰ ਨੂੰ ਯਾਦ ਨਾ ਕਰੇ, ਮਨਾ ਕਰ ਦਿੱਤਾ, ਮਨਾ ਕਰ ਦਿੱਤਾ। ਜਿਹੜੇ ਕੰਮ ਤੋਂ ਮਨ ਨੂੰ ਰੋਕਦੇ ਹੋ ਨਾ, ਹਾਂਜੀ, ਉਸ ਪਾਸੇ ਜ਼ਿਆਦਾ ਜਾਂਦਾ ਹੈ। ਅਤੇ ਧਿਆਨ ਲਾਉਣ ਵੇਲੇ, ਮੈਡੀਟੇਸ਼ਨ ਕਰਨ ਵੇਲੇ, ਇਹ ਗੱਲ 'ਚ ਬਹੁਤ ਅਟੈਂਸ਼ਨ ਦੇਣਾ ਹੈ ਕਿ ਅਸੀਂ ਮਨ ਨੂੰ ਨੈਗੇਟਿਵ ਕਮਾਂਡ ਨਹੀਂ ਦੇਣੀ ਕਿ ਤੂੰ ਇਹ 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 ਨਾ ਕਰ, ਸਿਰਫ ਉਹਨੂੰ ਇੱਕ ਚੈਨਲ ਦੇਣਾ ਹੈ ਕਿ ਕਿਹੜੇ ਪਾਸੇ ਤੂੰ ਜਾਣਾ ਹੈ, ਚੰਗੇ ਥੋਟਸ ਉਹਨੂੰ ਦੇਣੇ ਹੈ, ਨਾ ਕਿ ਕਿਸੇ ਪਾਸੋਂ ਰੋਕ ਦੇਣਾ ਹੈ। ਅਤੇ ਜਦੋਂ ਆਪਾਂ ਕੋਈ ਇੱਕ ਸ਼ਬਦ 'ਤੇ ਆਪਣੇ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਉਸ ਵੇਲੇ ਉਹ ਮਨ ਉਸ ਸ਼ਬਦ ਦੇ ਨਾਲ ਨਾਲ ਉਸ ਤੋਂ ਭਟਕਣਾ ਵੀ ਸ਼ੁਰੂ ਕਰ ਦਿੰਦਾ ਹੈ। ਉਹਨੂੰ ਕਿਹਾ ਕੁਝ ਨਹੀਂ ਸੋਚਣਾ ਅਤੇ ਉਹ ਸਭ ਕੁਝ ਸੋਚਣ ਲੱਗ ਜਾਏਗਾ। ਜਿਸ ਤਰ੍ਹਾਂ ਦੇਖੋ ਤੁਸੀਂ ਇੱਥੇ ਬੈਠੇ ਹੋ, ਜੇ ਇੱਥੇ ਬੈਠੇ ਮੈਂ ਤੁਹਾਨੂੰ ਕਹਾਂ, ਦੇਖੋ ਭਰਾ ਜੀ ਇੱਕ ਗੱਲ ਧਿਆਨ ਰੱਖਣਾ, ਜਿੰਨੀ ਦੇਰ ਮੇਰੇ ਨਾਲ ਗੱਲ ਕਰ ਰਹੇ ਹੋ ਨਾ, ਇੱਧਰ ਮੁੜ ਕੇ ਨਾ ਦੇਖਣਾ ਕੀ ਹੋਵੇਗਾ। ਹਾਂ, ਮੈਂ ਜਾਣਾਂਗਾ ਕਿ ਦੀਦੀ ਨੇ ਇੱਧਰ ਮਨਾ ਕਿਉਂ ਕੀਤਾ ਮੈਨੂੰ, ਤੇ ਜ਼ਿਆਦਾ ਧਿਆਨ ਚਲਾ ਜਾਏਗਾ ਤੁਹਾਡਾ, ਜ਼ਿਆਦਾ ਧਿਆਨ ਚਲਾ। ਜੇ ਮੈਂ ਮਾੜੀ ਜੀ ਨਜ਼ਰ ਪਾਸੇ ਕਰਾਂਗੀ, ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ? ਮੈਂ ਉਧਰ ਹੀ ਦੇਖ, ਜੇ ਉਧਰ ਤੁਹਾਨੂੰ ਗੜਬੜ ਨਹੀਂ ਨਜ਼ਰ ਆਈ ਤੇ ਹੋਰ ਡਾਊਟਫੁਲ ਹੋ ਜਾਓਗੇ ਕਿ ਦੀਦੀ ਇਹ ਗਮਲੇ ਦੇ ਪਿੱਛੇ ਕੁਝ ਹੋਣਾ, ਇਹ ਖਿੜਕੀ ਦੇ ਪਿੱਛੇ ਕੁਝ ਹੋਣਾ, ਦੀਦੀ ਰੋਕਦੇ ਕਿਉਂ ਹੈ? ਤੇ ਅੰਦਰ ਡਾਊਟ ਪੈਦਾ ਹੋ ਜਾਂਦਾ ਹੈ, ਅੰਦਰ ਇੱਕ ਵਿਰੋਧਾਭਾਸ ਪੈਦਾ ਹੋ ਜਾਂਦਾ ਹੈ, ਤੇ ਅਸੀਂ ਮਨ ਨੂੰ ਚੱਲਣ ਤੋਂ ਨਹੀਂ ਰੋਕਦੇ। ਕੁੱਲ ਮਿਲਾ ਕੇ ਮਨ ਨੂੰ ਦਬਾਉਣ ਦੀ ਲੋੜ ਨਹੀਂ, ਮਨ ਨੂੰ ਸਪਰੈਸ ਨਹੀਂ ਕਰਦੇ ਆਪਾਂ ਧਿਆਨ ਲਾਉਣ ਵੇਲੇ, ਉਹਦੇ ਬਦਲੇ ਆਪਾਂ ਮਨ ਨੂੰ ਸੁਧਾਰਦੇ ਹਾਂ, ਜਿਹਨੂੰ ਆਪਾਂ ਕਹਿ ਸਕਦੇ ਹਾਂ ਮਨ ਦਾ ਦਮਨ ਨਹੀਂ ਕਰਨਾ, ਦਬਾਉਣਾ ਨਹੀਂ ਉਹਦੇ ਵਿਚਾਰਾਂ ਨੂੰ, ਮਨ ਨੂੰ ਸੁਮਨ ਕਰਨਾ ਹੈ।
ਵਿਚਾਰਾਂ ਨੂੰ ਸੁਧਾਰਨਾ ਹੈ, ਚੈਨਲਾਈਜ਼ ਕਰਨਾ ਹੈ, ਰਾਈਟ ਡਾਇਰੈਕਸ਼ਨ ਦੇਣੀ ਹੈ, ਉਸ ਐਨਰਜੀ ਨੂੰ ਤੁਸੀਂ ਬੰਦ ਨਹੀਂ ਕਰਨਾ, ਫਲੋ ਨੂੰ ਬੰਦ ਨਹੀਂ ਕਰਨਾ। ਜਿਸ ਤਰ੍ਹਾਂ ਪਾਣੀ ਦਾ ਫਲੋ ਤੇਜ਼ ਆ ਰਿਹਾ ਹੋਵੇ ਕਿਸੇ ਨਹਿਰ ਵਿੱਚ, ਜੇ ਤੁਸੀਂ ਉਹਦੇ ਅੱਗੇ ਦੀਵਾਰ ਲਾ ਦਿਓ, ਉਹ ਪਾਣੀ ਇੱਕ ਜਗ੍ਹਾ ਤੇ ਇਕੱਠਾ ਹੋ ਕੇ ਇੱਧਰ ਉੱਧਰ ਜਾਵੇਗਾ, ਉਹ ਦੀਵਾਰ ਨਾਲ ਪਾਣੀ ਨੂੰ ਤੁਸੀਂ ਰੋਕ ਨਹੀਂ ਸਕਦੇ, ਉਹ ਖੇਤਾਂ ਵੱਲ ਚਲਾ ਜਾਏਗਾ, ਫਲੱਡ ਆ ਜਾਣਗੇ। ਜੇ ਤੁਸੀਂ ਪਾਣੀ ਦੀ ਦਿਸ਼ਾ ਬਦਲਣਾ ਚਾਹੁੰਦੇ ਹੋ ਤੇ ਦੀਵਾਰ ਲਾਉਣ ਦੇ ਬਜਾਏ ਡੈਮ ਲਾਈਦਾ ਕਿ ਤੂੰ ਇਸ ਪਾਸੇ ਨਾ ਜਾ, ਇਸ ਪਾਸੇ ਭਾਵੇਂ ਚਲਾ ਜਾ, ਡਾਇਰੈਕਸ਼ਨ ਦੇਣਾ ਪੈਣਾ ਹੈ ਉਹਨੂੰ। ਤੇ ਮਨ ਇੱਕ ਐਨਰਜੀ ਹੈ, ਇੱਕ ਬਹੁਤ ਵੱਡੀ ਤਾਕਤ ਹੈ। ਸਾਡੇ ਪੁਰਾਣੇ ਬਜ਼ੁਰਗਾਂ ਨੇ ਮਨ ਦੀ ਤੁਲਨਾ ਘੋੜੇ ਨਾਲ ਕੀਤੀ ਹੈ ਕਿ ਜਿਸ ਤਰ੍ਹਾਂ ਘੋੜਾ ਹੈ ਕਦੇ ਆਰਾਮ ਨਹੀਂ ਕਰਦਾ, ਉਹਨੂੰ ਲੜਾਈਆਂ 'ਚ ਯੂਜ਼ ਕਰਦੇ ਸੀ ਅਤੇ ਜਿੱਤ ਕੇ ਆਉਂਦੇ ਸੀ, ਅਤੇ ਮਨ ਰੂਪੀ ਘੋੜਾ ਹੈ, ਇਹਦੇ 'ਚ ਬਹੁਤ ਵੱਡੀ ਤਾਕਤ ਹੈ। ਜੇ ਆਪਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਤਰ੍ਹਾਂ ਘੋੜਾ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ, ਤਾਂ ਉਹਦੇ ਨਾਲ ਨੁਕਸਾਨ ਹੋ ਸਕਦਾ ਹੈ, ਖਾਈ ਵਿੱਚ ਸੁੱਟ ਦੇਗਾ, ਤੁਹਾਨੂੰ ਦੁਲੱਤੀ ਮਾਰ ਦੇਗਾ, ਕੁਝ ਹੋਰ ਕਰ ਦੇਗਾ। ਅਤੇ ਮਨ ਰੂਪੀ ਘੋੜੇ 'ਤੇ ਸਵਾਰੀ ਕਰੋ, ਸਵਾਰੀ ਕਰੋ, ਇਹਦੇ 'ਤੇ ਚੜੋ, ਇਹਦੇ ਨੱਕ 'ਚ ਨਕੇਲ ਪਾਓ, ਇਹਨੂੰ ਲਗਾਮ ਲਾਓ, ਚਾਬੁਕ ਲਾਓ ਅਤੇ ਦਿਸ਼ਾ ਠੀਕ ਦਿਖਾਓ। ਕਹਿਣ ਦਾ ਮਤਲਬ ਕੁੱਲ ਮਿਲਾ ਕੇ ਇਹ ਹੈ ਕਿ ਮੈਡੀਟੇਸ਼ਨ ਵਿੱਚ ਅਸੀਂ ਆਪਣੇ ਮਨ ਨੂੰ ਰੱਬ ਦੇ ਬਾਰੇ ਰਿਸ਼ਤਾ ਵੀ ਦਿੰਦੇ ਹਾਂ, ਰੱਬ ਦੇ ਬਾਰੇ ਗੱਲਾਂ ਵੀ ਦੱਸ ਕੇ ਅਤੇ ਉਹਨਾਂ 'ਤੇ ਵਿਚਾਰ ਕਰਨ ਦਾ ਕੰਮ ਦਿੰਦੇ ਹਾਂ। ਦੀਦੀ, ਜਦੋਂ ਵੀ ਧਿਆਨ ਦੀ ਗੱਲ ਆਉਂਦੀ ਹੈ, ਮਨ ਨੂੰ ਕੰਟਰੋਲ ਕਰਨ ਦੀ ਗੱਲ ਪਹਿਲਾਂ ਆਉਂਦੀ ਹੈ, ਪਰ ਜੇ ਇਨਸਾਨ ਸਾਰਾ ਧਿਆਨ ਮਨ 'ਤੇ ਹੀ ਲਗਾ ਦੇਗਾ ਤਾਂ ਫਿਰ ਉਹ ਅਕਾਲ ਪੁਰਖ ਨੂੰ ਕਿਵੇਂ ਯਾਦ ਕਰੇਗਾ? ਮਨ ਨੂੰ ਤਾਂ ਜਿੰਨਾ ਕੰਟਰੋਲ ਕਰੇਗਾ, ਫਿਰ ਮਤਲਬ ਮਨ ਨੂੰ ਕੰਟਰੋਲ ਹੀ ਨਾ ਕੀਤਾ ਜਾਵੇ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਮਨ ਨੂੰ ਕੰਟਰੋਲ ਕਰਨ ਵਾਸਤੇ ਇਹ ਨਹੀਂ ਕਹਿਣ ਦੀ ਲੋੜ ਕਿ ਮਨ ਤੂੰ ਚੁੱਪ ਕਰ ਜਾ, ਮਨ ਨੂੰ ਸਿਰਫ ਰਿਪਲੇਸਮੈਂਟ ਚਾਹੀਦੀ ਹੈ। ਮਨ ਐਨਰਜੀ ਦੀ ਰਿਪਲੇਸਮੈਂਟ ਮੰਗਦਾ ਹੈ। ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਮਨ ਨੂੰ ਜੇ ਰੋਕਿਆ ਜਾਵੇ ਨਾ ਤਾਂ ਉਹ ਵਿਰੋਧ ਕਰਦਾ ਹੈ, ਪਰ ਰੋਕਣ ਦੇ ਬਜਾਏ ਉਹਨੂੰ ਰਿਪਲੇਸਮੈਂਟ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਇੱਕ ਵਾਰੀ ਆਪਾਂ ਬੱਚਿਆਂ ਦੀ ਕਲਾਸ ਕਰਾ ਰਹੇ ਸੀ ਅਤੇ ਆਪਾਂ ਬੱਚਿਆਂ ਨੂੰ ਕਿਹਾ ਕਿ ਸਾਰੇ ਬੱਚੇ ਇੱਕ ਮਿੰਟ ਸਾਇਲੈਂਸ ਕਰੋ, ਹੋਰ ਜੋ ਮਰਜ਼ੀ ਕਰੋ, ਇੱਕ ਮਿੰਟ ਵਿੱਚ ਬੰਦਰ ਨੂੰ ਯਾਦ ਨਾ ਕਰਨਾ। ਅਤੇ ਇੱਕ ਮਿੰਟ ਪਿੱਛੋਂ ਉਹ 25 ਬੱਚੇ ਸੀਗੇ, ਅਸੀਂ ਸਾਰੇ ਬੱਚਿਆਂ ਨੂੰ ਪੁੱਛਿਆ, ਬੱਚੋ ਕਿੰਨੂੰ ਬੰਦਰ ਯਾਦ ਨਹੀਂ ਆਇਆ? ਸਾਰੇ ਕਹਿੰਦੇ, ਦੀਦੀ ਤੁਸੀਂ ਰੋਕਿਆ ਸੀ ਫਿਰ ਵੀ ਸਾਨੂੰ ਤਾਂ ਬੰਦਰ ਯਾਦ ਆਉਂਦਾ ਰਿਹਾ। ਅਤੇ ਇੱਕ ਬੱਚੇ ਨੇ ਹੱਥ ਖੜਾ ਕੀਤਾ, ਦੀਦੀ ਮੈਨੂੰ ਬੰਦਰ ਯਾਦ ਨਹੀਂ ਆਇਆ। ਅਸੀਂ ਉਹਨੂੰ ਕਿਹਾ ਕਿ ਤੂੰ ਕੀ ਕੀਤਾ ਫਿਰ? ਕਹਿੰਦੇ, ਦੀਦੀ ਜਿੱਦਾਂ ਹੀ ਤੁਸੀਂ ਕਿਹਾ ਸੀ ਨਾ ਕਿ ਬੰਦਰ ਨੂੰ ਯਾਦ ਨਹੀਂ ਕਰਨਾ, ਮੈਂ ਸ਼ੇਰ ਨੂੰ ਯਾਦ ਕਰਨ ਲੱਗ ਗਿਆ। ਤੇ ਬੜਾ ਸਹੀ ਹੈ ਨਾ, ਮਾਈਂਡ ਡਿਮਾਂਡਸ ਰਿਪਲੇਸਮੈਂਟ। ਕੋਈ ਵੀ ਚੀਜ਼ ਜੇ ਪਹਿਲੇ ਮਨ ਯੂਜ਼ ਕਰ ਰਿਹਾ ਹੈ, ਚਾਹੇ ਮਾੜੀ ਹੋਵੇ ਜਿੱਦਾਂ ਦੀ ਹੋਵੇ, ਉਹ ਜੇ ਤੁਸੀਂ ਉਹਦੇ ਤੋਂ ਛੁਡਾਉਣੀ ਹੈ ਤਾਂ ਉਹਨੂੰ ਹੋਰ ਚੰਗੀ ਚੀਜ਼ ਦੇਣੀ ਪਏਗੀ। ਜੇ ਮਨ ਦੁਨੀਆ ਦੇ ਵਿਚਾਰਾਂ ਤੋਂ ਦੁਖੀ ਵੀ ਹੁੰਦਾ ਹੈ, ਕਦੇ ਗੁੱਸਾ ਕਰਦਾ ਹੈ, ਕਦੇ ਚਿੜਦਾ ਹੈ, ਕਦੇ ਮਨ ਰੋਂਦਾ ਹੈ, ਕਦੇ ਉਦਾਸ ਹੋ ਜਾਂਦਾ ਹੈ, ਤਾਂ ਉਹ ਸਾਰੀਆਂ ਗੱਲਾਂ ਜਿਹੜੀ ਉਹਦੇ ਅੰਦਰ ਉਦਾਸੀ ਪੈਦਾ ਕਰ ਰਹੀਆਂ ਨੇ, ਦੁੱਖ ਪੈਦਾ ਕਰ ਰਹੀਆਂ, ਜੇ ਇਹੋ ਜਿਹੀ ਕੋਈ ਪਰਮਾਤਮਾ ਦੀ ਗੱਲ ਉਹਨੂੰ ਦੇ ਦਿੱਤੀ ਜਾਵੇ ਜਿਹਦੇ ਨਾਲ ਖੁਸ਼ੀ ਪੈਦਾ ਹੋਵੇ, ਜਿਹਦੇ ਨਾਲ ਪਿਆਰ ਪੈਦਾ ਹੋਵੇ, ਜਿਹਦੇ ਨਾਲ ਸ਼ਾਂਤੀ ਪੈਦਾ ਹੋਵੇ, ਅਤੇ ਆਪਣੇ ਆਪ ਮਨ ਉਸ ਪਾਸੇ ਜਾਣ ਲੱਗ ਜਾਏਗਾ। ਅਤੇ ਅਸੀਂ ਮਨ ਦੀ ਦਿਸ਼ਾ ਬਦਲਣੀ ਹੈ, ਨਾ ਕਿ ਮਨ ਨੂੰ ਦਬਾਉਣਾ ਜਾਂ ਰੋਕਣਾ ਹੈ। ਚਲੋ ਦੀਦੀ, ਮੰਨ ਲੈਂਦੇ ਹਾਂ ਕਿ ਮਨ ਦੀ ਦਿਸ਼ਾ ਵੀ ਅਸੀਂ ਬਦਲ ਦਿੰਦੇ ਹਾਂ, ਕੋਈ ਹੋਰ ਥੋਟ ਲੈ ਆਉਂਦੇ ਹਾਂ, ਪਰ ਪਰਮਾਤਮਾ ਨੂੰ ਯਾਦ ਕਰਨ ਲੱਗਿਆਂ ਕੋਈ ਹੋਰ ਥੋਟ ਕੀ ਯਾਦ ਕਰਾਂਗੇ? ਆਪਾਂ ਕਿਸ ਤਰ੍ਹਾਂ ਦਾ ਥੋਟ ਆਪਾਂ ਲਿਆਵਾਂਗੇ, ਕਿਸ ਤਰ੍ਹਾਂ ਦੀ ਦਿਸ਼ਾ ਦੇਵਾਂਗੇ ਮਨ ਨੂੰ, ਅਤੇ ਉਹ ਦਿਸ਼ਾ ਕਿੰਨੀ ਕੁ ਦੇਰ ਤੱਕ ਮਨ ਨੂੰ ਕੰਟਰੋਲ ਕਰਕੇ ਰੱਖੇਗੀ? ਦਿਸ਼ਾ ਜਿਹੜੀ ਦੇਣੀ ਹੈ ਨਾ, ਇੱਕ ਇਸ ਤਰ੍ਹਾਂ ਦੀ ਦੇਣੀ ਹੈ ਜਿਸ ਤਰ੍ਹਾਂ ਰਿਸ਼ਤੇਦਾਰ ਮਿਲ ਜਾਂਦਾ ਹੈ ਕਿਸੇ ਨੂੰ। ਜੇ ਤੁਹਾਡਾ ਕਿਸੇ ਨਵੇਂ ਦੋਸਤ ਨਾਲ ਰਿਸ਼ਤਾ ਜੁੜ ਜਾਵੇ ਤਾਂ ਉਹ ਤੁਸੀਂ ਪੁੱਛੋਗੇ ਨਹੀਂ ਕਿ ਕਿੰਨੀ ਕੁ ਦੇਰ ਉਹਨੂੰ ਯਾਦ ਕਰਨਾ ਹੈ। ਦੋਸਤੀ ਫਿਰ ਸਾਰੀ ਉਮਰ ਦੀ ਵੀ ਹੋ ਸਕਦੀ ਹੈ, ਕਿਉਂਕਿ ਮਨ ਦੀ ਆਦਤ ਹੈ ਕਿ ਉਹ ਰਿਸ਼ਤੇ ਜੋੜਦਾ ਵੀ ਹੈ, ਐਡ ਵੀ ਕਰਦਾ ਹੈ, ਡਿਲੀਟ ਵੀ ਕਰਦਾ ਹੈ, ਔਰ ਰਿਸ਼ਤਿਆਂ ਵੱਲ ਉਹਦਾ ਮਨ ਆਪਣੇ ਆਪ ਜਾਣ ਲੱਗ ਜਾਂਦਾ। ਇਸੇ ਕਰਕੇ ਪਰਮਾਤਮਾ ਨੂੰ ਰਿਸ਼ਤੇਦਾਰ ਬਣਾ ਕੇ ਯਾਦ ਕਰਨ ਦੀ ਲੋੜ ਪੈਂਦੀ ਹੈ। ਜਿਸ ਤਰ੍ਹਾਂ ਇੱਕ ਨਿੱਕਾ ਜਿਹਾ ਬੱਚਾ ਹੈ, 6 ਮਹੀਨੇ ਦਾ ਹੈ, ਆਪਣੀ ਮੰਮੀ ਦੀ ਗੋਦੀ 'ਚ ਖੇਲ ਰਿਹਾ ਹੈ, ਜੇ ਦੂਜੀ ਕੋਈ ਆਂਟੀ ਆਵੇ ਸਾਹਮਣੇ ਤੋਂ ਉਹਨੂੰ ਲੈਣਾ ਚਾਹੇ ਤਾਂ ਉਹਦੀ ਗੋਦੀ 'ਚ ਜਾ ਕੇ ਰੋਣ ਲੱਗ ਜਾਂਦਾ, ਅਤੇ ਮੰਮੀ ਕੋਈ ਕੰਮ ਕਰਨ ਅੰਦਰ ਚਲੀ ਜਾਵੇ ਕਰਦੇ ਅਤੇ ਹੋਰ ਜ਼ੋਰ ਜ਼ੋਰ ਦੀ ਰੋਣ ਲੱਗ ਜਾਂਦਾ ਹੈ। ਮੰਮੀ ਉਹਦੀ ਆਵਾਜ਼ ਸੁਣ ਕੇ ਵਾਪਸ ਆ ਗਈ ਅਤੇ ਫਿਰ ਮੰਮੀ ਨੂੰ ਦੇਖਦੇ ਹੀ ਚੁੱਪ ਹੋ ਜਾਂਦਾ ਹੈ।
ਜੇ ਮੰਮੀ ਵਾਪਸ ਆਪਣੀ ਗੋਦੀ 'ਚ ਲੈ ਲਵੇ ਤਾਂ ਫਿਰ ਖੇਡਣ ਲੱਗ ਜਾਂਦਾ ਹੈ। ਅਤੇ ਉਹ ਨਿੱਕਾ ਜਿਹਾ ਬੱਚਾ ਜਦੋਂ ਉਹਦੀ ਮੰਮੀ ਨਜ਼ਰ ਨਹੀਂ ਸੀ ਆ ਰਹੀ, ਇੰਨੀ ਜ਼ੋਰ ਜ਼ੋਰ ਦੀ ਰੋ ਰਿਹਾ ਸੀ ਅਤੇ ਕੀ ਕਰ ਰਿਹਾ ਸੀ, ਜਦੋਂ ਉਹਨੂੰ ਬੋਲਣਾ ਵੀ ਨਹੀਂ ਆਉਂਦਾ, ਉਹ ਆਪਣੀ ਮਾਂ ਨੂੰ ਯਾਦ ਕਰ ਰਿਹਾ ਸੀ। ਨਿੱਕਾ ਜਿਹਾ ਬੱਚਾ 6 ਮਹੀਨੇ ਦਾ 8 ਮਹੀਨੇ ਦਾ ਮੰਮੀ ਨੂੰ ਪਾਪਾ ਨੂੰ ਯਾਦ ਕਰਨਾ ਜਾਣਦਾ ਹੈ। ਉਹੀ ਬੱਚਾ ਥੋੜ੍ਹਾ ਜਿਹਾ ਹੋਰ ਵੱਡਾ ਹੋ ਜਾਏ, ਜਿਹੜਾ ਮਾਂ ਦੀ ਗੋਦੀ ਤੋਂ ਉਤਰਦਾ ਨਹੀਂ ਸੀ, ਉਹ ਆਪਣੇ ਦੋਸਤਾਂ ਨਾਲ ਖੇਡ ਰਿਹਾ ਹੈ, ਉਹੀ ਮਾਂ ਉਹਨੂੰ ਬੁਲਾ ਰਹੀ ਹੈ, ਪੁੱਤ ਆ ਜਾ ਦੁੱਧ ਪੀ ਕੇ ਜਾ। ਕੀ ਕਹਿੰਦਾ? ਮਾਤਾ ਮੈਂ ਖੇਡਣਾ, ਅਜੇ ਨਹੀਂ ਹੋਣਾ। ਕਹਿੰਦੇ ਠਹਿਰ ਜਾ, ਠਹਿਰ ਜਾ। ਕੀ ਮਾਂ ਨਾਲ ਰਿਸ਼ਤਾ ਟੁੱਟ ਗਿਆ? ਰਿਸ਼ਤਾ ਟੁੱਟਿਆ ਨਹੀਂ, ਇੱਕ ਰਿਸ਼ਤਾ ਐਡ ਹੋ ਗਿਆ ਹੈ। ਉਹਨੂੰ ਦੋਸਤ ਵੀ ਹੁਣ ਚੰਗੇ ਲੱਗਦੇ ਹੈ। ਜਦੋਂ ਖੇਲ ਕੇ ਥੱਕੇਗਾ ਫਿਰ ਮੰਮੀ ਚਾਹੀਦੀ ਹੈ, ਫਿਰ ਖਾ ਪੀ ਕੇ ਰੱਜ ਜਾਏਗਾ ਫਿਰ ਦੋਸਤ ਚਾਹੀਦੇ ਹੈ। ਉਹੀ ਬੱਚਾ ਹੋਰ ਵੱਡਾ ਹੋ ਕੇ ਸਕੂਲ ਜਾਣ ਲੱਗ ਜਾਂਦਾ ਹੈ। ਸਕੂਲ ਤੋਂ ਆਉਂਦਾ ਵਾਪਸ ਆਪਣੇ ਟੀਚਰ ਨੂੰ ਯਾਦ ਕਰਦਾ, ਮੰਮੀ ਮੈਮ ਨੇ ਇਹ ਕਿਹਾ ਸੀ, ਮੰਮੀ ਮੈਮ ਨੇ ਇਹ ਕਿਹਾ ਸੀ, ਮੈਂ ਕਾਪੀ ਹੋਰ ਲੈ ਕੇ ਜਾਣੀ ਹੈ, ਮੈਂ ਇਹ ਵਾਲੀ ਡਰੈਸ ਪਾ ਕੇ ਜਾਣੀ ਹੈ, ਮੇਰੀ ਮੈਮ ਨੇ ਇਹ ਲਿਖਿਆ ਸੀ, ਉਹ ਦੱਸਿਆ ਸੀ। ਕੋਈ ਟੀਚਰ ਇਹ ਸਿਖਾਉਂਦੀ ਥੋੜ੍ਹੀ ਹੈ ਕਿ ਘਰ ਜਾ ਕੇ ਬੇਟਾ ਤੂੰ ਮੈਨੂੰ ਯਾਦ ਕਰੀ, ਨਹੀਂ, ਬਿਨਾਂ ਕਹੇ ਹੋਏ ਇੱਕ ਰਿਸ਼ਤਾ ਜ਼ਿੰਦਗੀ ਦਾ ਹੋਰ ਐਡ ਹੋ ਗਿਆ। ਉਹੀ ਬੱਚਾ ਹੋਰ ਵੱਡਾ ਹੋ ਜਾਂਦਾ ਹੈ, ਉਹਦੀ ਸ਼ਾਦੀ ਹੋ ਜਾਂਦੀ ਹੈ। ਸ਼ਾਦੀ ਵੱਲ ਕੋਈ ਵੀ ਬੱਚੇ ਨੂੰ ਸਿਖਾਉਂਦਾ ਨਹੀਂ ਕਿ ਤੂੰ ਆਪਣੀ ਵਾਈਫ ਨੂੰ ਕਿੱਦਾਂ ਯਾਦ ਕਰ, ਫਿਰ ਵੀ ਸਾਰਾ ਧਿਆਨ ਆਪਣੀ ਵਾਈਫ ਦੇ ਨਾਲ ਲਾ ਬੈਠਦਾ ਹੈ। ਜਿਹਦਾ ਧਿਆਨ ਵਾਈਫ ਤੋਂ ਹਟਦਾ ਹੀ ਨਹੀਂ ਸੀ, ਉਹਦਾ ਅੱਗੋਂ ਬੱਚਾ ਹੋ ਜਾਵੇ, ਫਿਰ ਬੱਚੇ ਦੀ ਯਾਦ ਐਡ ਹੋ ਜਾਂਦੀ ਹੈ। ਬੱਚੇ ਦੀ ਯਾਦ ਛੱਡਦਾ ਨਹੀਂ ਅਤੇ ਵਾਈਫ ਨੂੰ ਵੀ ਛੱਡਦਾ ਨਹੀਂ, ਅਤੇ ਮਾਂ ਅਤੇ ਆਪਣੇ ਦੋਸਤਾਂ ਅਤੇ ਟੀਚਰਾਂ ਦੀ ਯਾਦ ਵੀ ਨਾਲ ਨਾਲ ਆਉਂਦੀ ਰਹਿੰਦੀ ਹੈ। ਘੱਟ ਵੱਧ ਹੋ ਜਾਂਦੀ ਹੈ, ਕਿਸੇ ਦਾ ਪਲੜਾ ਵੱਧ ਹੋ ਜਾਂਦਾ, ਕਿਸੇ ਦਾ ਘੱਟ ਹੋ ਜਾਂਦਾ। ਜਿਹਦਾ ਇੱਕ ਬੱਚਾ ਸੀਗਾ ਉਹਨੂੰ 2 ਬੱਚੇ ਹੋ ਜਾਣ 3 ਹੋ ਜਾਣ 8 ਹੋ ਜਾਣ 10 ਹੋ ਜਾਣ, ਅੱਜ ਕੱਲ੍ਹ ਤਾਂ 8-10 ਬੱਚੇ ਹੁੰਦੇ ਨਹੀਂ ਨਾ, ਅਤੇ ਸਮਝੋ 10ਵਾਂ ਬੱਚਾ ਵੀ ਉਹਨੂੰ ਪੈਦਾ ਹੋ ਗਿਆ ਅਤੇ 10ਵੇਂ ਬੱਚੇ ਨੂੰ ਕਹੇਗਾ ਤੈਨੂੰ ਕਿੱਦਾਂ ਯਾਦ ਕਰਾਂ, ਕਹੇਗਾ? ਨਹੀਂ, ਉਹਨੂੰ ਇਸ ਸਹਿਜ ਭਾਵ ਨਾਲ ਉੱਦਾਂ ਹੀ ਯਾਦ ਕਰ ਲਏਗਾ ਜਿਸ ਤਰ੍ਹਾਂ ਬਾਕੀ ਸਾਰਿਆਂ ਨੂੰ ਯਾਦ ਕਰਦਾ। ਕੁੱਲ ਮਿਲਾ ਕੇ ਸਾਡੇ ਮਨ ਵਿੱਚ ਅਨਲਿਮਿਟਿਡ ਕਪੈਸਿਟੀ ਹੈਗੀ ਹੈ ਰਿਸ਼ਤੇ ਐਡ ਕਰਨ ਦੀ, ਉਹਨਾਂ ਨੂੰ ਯਾਦ ਕਰਨ ਦੀ, ਰਿਸ਼ਤੇ ਚੇਂਜ ਕਰਨ ਦੀ। ਜਿਸ ਤਰ੍ਹਾਂ ਦੇਖੋ, ਪੜ੍ਹਨ ਵਾਲਾ ਬੱਚਾ ਟੀਚਰ ਨੂੰ ਆਪਣੇ ਆਪ ਯਾਦ ਕਰਦਾ ਵਿਦਆਊਟ ਟ੍ਰੇਨਿੰਗ, ਔਰ ਬਿਮਾਰ ਵਿਅਕਤੀ ਡਾਕਟਰ ਨੂੰ ਆਪਣੇ ਆਪ ਯਾਦ ਕਰਦਾ ਵਿਦਆਊਟ ਟ੍ਰੇਨਿੰਗ। ਇਸੇ ਤਰ੍ਹਾਂ ਪਰਮਾਤਮਾ ਨੂੰ ਆਪਾਂ ਆਪਣੇ ਰਿਸ਼ਤੇਦਾਰਾਂ ਦੀ ਲਿਸਟ ਵਿੱਚ ਐਡ ਕਰ ਲੈਣਾ ਹੈ। ਦੀਦੀ, ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਆ ਕਿ ਉਸਨੂੰ ਆਪਣਾ ਰਿਸ਼ਤੇਦਾਰ ਬਣਾ ਲਓ। ਅਸੀਂ ਪ੍ਰਾਰਥਨਾ ਵੀ ਗਾਉਂਦੇ ਹਾਂ ਕਿ ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਕ ਸਭਨੀ ਥਾਈਂ, ਪਰ ਕਿਤੇ ਨਾ ਕਿਤੇ ਸੰਸਾਰਿਕ ਰਿਸ਼ਤਿਆਂ ਨਾਤਿਆਂ 'ਚ ਉਲਝ ਕੇ ਅਸੀਂ ਇਹ ਗੱਲ ਨੂੰ ਭੁੱਲ ਚੁੱਕੇ ਹਾਂ ਕਿ ਸਾਡਾ ਅਸਲ ਰਿਸ਼ਤਾ ਉਸਦੇ ਨਾਲ ਹੈ। ਪਰ ਦੀਦੀ, ਰਿਸ਼ਤਾ ਬਣਾਉਣ ਦੇ ਬਾਅਦ ਵੀ ਆਪਾਂ ਉਸਨੂੰ ਕਿਵੇਂ ਯਾਦ ਕਰਨਾ ਹੈ, ਕੀ ਬੋਲ ਕੇ ਉਸ ਨਾਲ ਰਿਸ਼ਤਾ ਬਣਾਉਣਾ ਹੈ, ਇਹ ਵੀ ਸਵਾਲ ਉੱਠਦਾ ਹੈ। ਪਰ ਇਸ ਵਕਤ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅਸੀਂ ਤੁਹਾਡੇ ਨਾਲ ਇੱਥੋਂ ਹੀ ਆਪਣੇ ਸਫ਼ਰ ਦਾ ਅੰਤ ਕਰਨਾ ਚਾਹਾਂਗੇ। ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਓਮ ਸ਼ਾਂਤੀ। ਤਾਂ ਦਰਸ਼ਕੋ, ਅੱਜ ਅਸੀਂ ਪਰਮਾਤਮਾ ਨੂੰ ਯਾਦ ਕਰਨ ਦਾ ਇੱਕ ਸੌਖਾ ਤਰੀਕਾ ਜਾਣਿਆ ਕਿ ਅਸੀਂ ਆਪਣਾ ਉਸ ਨਾਲ ਸੰਬੰਧ ਕਾਇਮ ਕਰਕੇ ਉਸ ਨੂੰ ਯਾਦ ਕਰ ਸਕਦੇ ਹਾਂ। ਉਹ ਸੰਬੰਧ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ, ਚਾਹੇ ਉਸਨੂੰ ਮਾਤਾ ਪਿਤਾ ਬਣਾ ਲਈਏ, ਚਾਹੇ ਉਸਨੂੰ ਦੋਸਤ ਸਾਥੀ ਬਣਾ ਲਈਏ। ਪਰ ਦੋਸਤੋ, ਇੱਕ ਸਵਾਲ ਅਜੇ ਵੀ ਉੱਠਦਾ ਹੈ ਕਿ ਉਹ ਯਾਦ ਅਸੀਂ ਜ਼ਾਹਿਰ ਕਿਵੇਂ ਕਰੀਏ, ਉਸ ਰਿਸ਼ਤੇ ਨੂੰ ਅਸੀਂ ਜ਼ਾਹਿਰ ਕਿਵੇਂ ਕਰੀਏ। ਇਸ ਬਾਰੇ ਅਸੀਂ ਆਪਣੇ ਆਉਣ ਵਾਲੇ ਐਪੀਸੋਡ ਵਿੱਚ ਜਾਣਾਂਗੇ। ਉਦੋਂ ਤੱਕ ਸਾਨੂੰ ਇਜਾਜ਼ਤ ਦਿਓ। ਧੰਨਵਾਦ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 8094994384, ਈਮੇਲ punjabi.gws@gmail.com। ਤੂੰ ਰੱਬ ਦਾ ਧਿਆਨ ਕਰ ਲੈ, ਮਾਲਿਕ ਨੂੰ ਯਾਦ ਕਰ ਲੈ, ਸਿਮਰਨ ਹੀ ਉਸ ਦੀ ਯਾਦ ਹੈ। ਚੜ੍ਹਦੀ ਕਲਾ ਰਹੇ ਹਰ ਜਨ ਦੀ, ਮਨ ਵਿੱਚ ਉਸ ਦੀ ਯਾਦ ਹੈ। ਚੜ੍ਹਦੀ ਕਲਾ ਰਹੇ
ਸ਼ਾਂਤੀ ਜੋ ਵੀ ਬੋਲੇ ਬਾਬਾ ਦਾ ਦੁਆਰਾ ਖੋਲੇ ਰੱਖਦਾ ਕੋਲ ਬਿਠਾ ਕੇ ਸਾਡੇ ਗਿਆਨ ਦਾ ਦੀਪ ਜਲਾ ਕੇ ਰੱਖਦਾ ਕੋਲ ਬਿਠਾ ਕੇ ਸਾਡੇ ਗਿਆਨ ਦਾ ਦੀਪ ਜਲਾ ਕੇ ਚੜ੍ਹਦੀ ਕਲਾ ਰਹੇ ਹਰ ਜਨ ਦੀ